ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬੁਲੇਟਿਨ ਤੇ ਗੱਲਬਾਤ ਕਰਦੇ ਅੰਜ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਬਾਦ ਦੇ ਅੰਜ ਅੱਜ ਦੀ ਪਹਿਲੀ ਵੱਡੀ ਖਬਰ ਦੇ ਵੱਲ ਪੰਜਾਬ ਦੇ ਵਿੱਚ ਸਰਕਾਰੀ ਅਤੇ ਨਿੱਜੀ ਸਕੂਲਾਂ ਦਾ ਸਮਾਂ ਬਦਲਿਆ ਐਸਾ ਸਬੰਧ ਦੇ ਸਿੱਖਿਆ ਵਿਭਾਗ ਦੇ ਵੱਲ ਹੁਕਮ ਜਾਰੀ ਕਰ ਦਿੱਤੇ ਗਿਆ ਹਨ ਇਹ ਹੁਕਮ ਰਾਜ ਦੇ ਸਾਰੇ ਸਰਕਾਰੀ ਪ੍ਰਾਈਵੇਟ ਸਹਾਇਤਾ ਪ੍ਰਾਪਤ ਅਤੇ ਮਾਨਤਾ ਪ੍ਰਾਪਤ ਸਕੂਲਾਂ ਤੇ ਲਾਗੂ ਹੋਵੇਗਾ ਵਿਭਾਗ ਦੇ ਅਨੁਸਾਰ 1 ਮਾਰਚ ਤੋਂ ਪ੍ਰਾਇਮਰੀ ਅਤੇ ਅਪਰ ਪ੍ਰਾਇਮਰੀ ਸਕੂਲਾਂ ਦਾ ਸਮਾਂ ਸਵੇਰੇ 8:30 ਵਜੇ ਤੋਂ ਲੈ ਕੇ ਦੁਪਹਿਰ 2:30 ਵਜੇ ਤੱਕ ਹੋਵੇਗਾ ਜਦੋਂ ਕਿ ਮਿਡਲ ਹਾਈ ਅਤੇ ਸੀਨੀਅਰ ਸਕੈਂਡਰੀ ਸਕੂਲਾਂ ਦਾ ਸਮਾਂ ਸਵੇਰੇ 8:30 ਵਜੇ ਤੋਂ ਲੈ ਕੇ 2:50 ਮਿੰਟ ਤੱਕ ਹੋਵੇਗਾ ਤੇ ਸਵੇਰ ਦੇ ਵਿੱਚ 19000 ਦੇ ਕਰੀਬ ਸਰਕਾਰੀ ਸਕੂਲ ਹਨ ਤੇ ਇਹਨਾਂ ਦੇ ਵਿੱਚ 30 ਲੱਖ ਤੋਂ ਵੱਧ ਵਿਦਿਆਰਥੀ ਪੜ੍ਹ ਰਹੇ ਹਨ ਤੇ ਹੱਦੇ ਨਾਲ ਹੀ 10000 ਤੋਂ ਵੱਧ ਪ੍ਰਾਈਵੇਟ ਸਕੂਲ ਹਨ ਮਾਰਚ ਦੇ ਪਹਿਲੇ ਹਫਤੇ ਤੋਂ CAA ਲਾਗੂ ਕਰ ਸਕਦੇ ਕੇਂਦਰ ਸਰਕਾਰ ਪੋਰਟਲ ਤਿਆਰ ਸੁੱਤਰ ਤਾਂ ਦੋਸਤੋ ਨਾਗਰਿਕਤਾ ਸੋਧਾ ਕਾਨੂੰਨਾ ਮਾਰਚ ਦੇ ਪਹਿਲੇ ਹਫਤੇ ਤੋਂ ਲਾਗੂ ਹੋਵੇਗਾ ਸਰਕਾਰੀ ਸੂਤਰਾਂ ਦੇ ਅਨੁਸਾਰ CAA ਨਜਮ ਅਗਲੇ ਮਹੀਨੇ ਤੋਂ ਪਹਿਲੇ ਹਫਤੇ ਲਾਗੂ ਹੋ ਸਕਦਾ ਹੈ ਐਨਡੀਟੀਵੀ ਦੇ ਸੂਤਰਾਂ ਦੇ ਅਨੁਸਾਰ ਸੀਏਏ ਦੇ ਨਜਮਾ ਮਾਰਚ ਦੇ ਪਹਿਲੇ ਹਫਤੇ ਜਸ ਤੋਂ ਬਾਅਦ ਕਿਸੇ ਵੀ ਦਿਨ ਲਾਗੂ ਹੋ ਜਾਣਗੇ ਨਜਮਾ ਦੇ ਲਾਗੂ ਹੋ ਜਾਣ ਦੇ ਨਾਲ ਸੀਏਏ ਕਾਨੂੰਨ ਐ ਲੱਗ ਹੋ ਜਾਵੇਗਾ ਸਰਕਾਰ ਦੇ ਉੱਚ ਅਧਿਕਾਰੀ ਸੂਤਰਾਂ ਨੇ ਮੰਨਿਆ ਤਾਂ ਸੀਏਏ ਨੂੰ ਲਾਗੂ ਕਰਨ ਦੇ ਲਈ ਵਕਾਇਦਾ ਪੋਰਟਲ ਤਿਆਰ ਕਰ ਲਿਆ ਗਿਆ ਅਧਿਕਾਰੀਆਂ ਨੇ ਦੱਸਿਆ ਹੈ ਕਿ ਨਜਮ ਤਿਆਰ ਹੰਤੇ ਆਨਲਾਈਨ ਪੋਰਟਲ ਵੀ ਤਿਆਰ ਹੈ ਕਿਉਂਕਿ ਸਾਰੀ ਪ੍ਰਕਿਰਿਆ ਆਨਲਾਈਨ ਹੋਵੇਗੀ ਵਿਨੇਕਾਰਾਂ ਨੂੰ ਉਹ ਸਾਲ ਦਰਸਾਉਣਾ ਚਾਹੀਦਾ ਹੈ ਜਿਸ ਵਿੱਚ ਉਹ ਯਾਤਰਾ ਦਸਤਾਵੇਜ਼ਾਂ ਤੋਂ ਬਿਨਾ ਭਾਰਤ ਵਿੱਚ ਦਾਖਲ ਹੋਏ ਸਨ ਤੇ ਬਿਨੈਕਾਰਾਂ ਤੋਂ ਕੋਈ ਵੀ ਦਸਤਾਵੇਜ਼ਾਂ ਨਹੀਂ ਮੰਗੇ ਜਾਣਗੇ। ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹਨ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦੇ ਘੰਟੇ ਵਾਲ ਬਟਨ ਨੂੰ ਦਬਕ ਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੇ ਨੋਟੀਫਿਕੇਸ਼ਨਾਂ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਕਿਸਾਨ ਸ਼ੁਭ ਕਰਨ ਕਤਲ ਬਰਦਾ ਪੁਲਿਸ ਐਫ ਆਈ ਆਰ ਦਰਜ ਇਸ ਕਰਕੇ ਨਹੀਂ ਕਰ ਰਹੀ ਤਾਂ ਉਸ ਤੋਂ ਪੰਜਾਬ ਰਣ ਦੇ ਖਨੌਰੀ ਸਰਹੱਦ ਤੇ 21 ਫਰਵਰੀ ਨੂੰ ਵਾਪਰੀ ਘਟਨਾ ਦੇ ਵਿੱਚ ਮਾਰੇ ਗਏ ਨੌਵੇਂ ਬਾਨ ਕਿਸਾਨ ਸ਼ੁਭ ਕਰਨ ਸਿੰਘ ਦਾ ਨਾਂ ਤਾਂ ਪੋਸਟਮਾਰਟਮ ਹੋਇਆ ਤੇ ਨਾ ਹੀ ਅੰਤਮ ਸੰਸਕਾਰ 6 ਦਿਨ ਬੀਤਾਂ ਜਾਣ ਤੇ ਵੀ ਨਹੀਂ ਹੋ ਸਕਿਆ ਕਿਸਾਨ ਆਗੂ ਪਿਛਲੇ 6 ਦਿਨਾਂ ਦੇ ਵਿੱਚ ਆ ਕਈ ਵਾਰ ਪ੍ਰਸ਼ਾਸਨ ਅਤੇ ਪੁਲਿਸ ਦੇ ਨਾਲ ਮੀਟਿੰਗਾਂ ਕਰ ਚੁੱਕੇ ਹਨ ਤੇ ਹੁਣ ਕਿਸਾਨਾਂ ਨੇ ਅਣਮਤੇ ਸਮੇਂਦਲੇ ਸ਼ੋਭ ਕਰਨ ਦਾ ਪੋਸਟਮਾਰਟਮ ਨਾ ਕਰਵਾਉਂਦਾ ਵਿਰੋਧ ਸ਼ੁਰੂ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਖਨੌਰੀ ਸਰਹੱਦ ਤੇ ਮੋਰਚਾ ਸੰਭਾਲ ਰਹੇ ਕਿਸਾਨਾਂ ਨੂੰ ਕਾਕਾ ਸਿੰਘਾ ਕੋਟੜਾ ਨੇ ਪਿਛਲੇ ਦਿਨੀ ਇੱਕ ਵਾਰ ਫਿਰ ਪੁਲਿਸ ਅਪ੍ਰਾਸ਼ਾਸ਼ਨ ਦੇ ਨਾਲ ਗੱਲਬਾਤ ਕੀਤੀ ਕਿਸਾਨ ਆਪਣੀ ਗੱਲ ਤੇ ਅੜੇ ਹੋਏ ਹਨ ਕਿ ਪੰਜਾਬ ਪੁਲਿਸ ਨੂੰ ਸ਼ੋਭ ਕਰਨ ਦੀ ਮੌਤ ਦਾ ਸਬੰਧਿਤ ਐਫਆਈਆਰ ਦਰਜ ਕਰਨੀ ਚਾਹੀਦੀ ਹੈ ਤੇ ਇਸ ਦੇ ਨਾਲ ਇੱਕ ਕਿਸਾਨ ਹਣ ਮੁੱਖ ਮੰਤਰੀ ਭਗਵੰਤ ਮਾਨ ਤੋਂ ਵੀ ਨਾਰਾਜ਼ ਹਨ ਕਾਕਾ ਸਿੰਘ ਕੋਟੜਾ ਦਾ ਕਹਿਣਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁਭ ਕਰਨ ਦੇ ਮੌਤ ਤੇ 1 ਕਰੋੜ ਰੁਪਏ ਦੇਣ ਅਤੇ ਦੋਸ਼ੀਆਂ ਦੇ ਖਿਲਾਫ ਬੰਦੀ ਕਾਰਵਾਈ ਕਰਨ ਦੇ ਨਾਂ ਨਾਲ ਹੁੰਦੇ ਛੋਟੀ ਭੈਣ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਜੇਕਰ ਸੀਐਮ ਭਗਵੰਤ ਮਾਨ ਨੇ 1 ਕਰੋੜ ਰੁਪਏ ਨਾ ਦਿੱਤੇ ਹੁੰਦੇ ਤਾਂ ਵੀ ਪੰਜਾਬ ਦੀਆਂ ਸਮਾਜ ਸੇਵੀ ਸੰਸਥਾਵਾਂ ਨੇ ਇਕੱਠਾ ਕਰ ਲਿਆ ਹੁੰਦਾ ਪਰ ਅਜੇ ਤੱਕ ਦਾ ਮਾਮਲਾ ਪੂਰਾ ਨਹੀਂ ਹੋਇਆ ਪੁਲਿਸ ਅਪ੍ਰਸ਼ਾਸ਼ਨ ਦਾ ਦਾਵਾ ਇੱਕ 21 ਫਰਵਰੀ ਨੂੰ ਗੋਲੀ ਹਰਿਆਣਾ ਦੇ ਹੱਦ ਦੇ ਅੰਦਰੋਂ ਚੱਲੀ ਸਥੇ ਸ਼ੁਭਕਰਨ ਨੂੰ ਵੀ ਹਰਿਆਣਾ ਦੇ ਹੱਦ ਦੇ ਅੰਦਰ ਹੀ ਗੋਲੀ ਮਾਰੀ ਗਈ ਇਸ ਅਜਿਹੇ ਵਿੱਚ ਹਰਿਆਣਾ ਪੁਲਿਸ ਦੇ ਕਾਰਵਾਈ ਹਰਿਆਣਾ ਪੁਲਿਸ ਹੀ ਕਾਰਵਾਈ ਕਰ ਸਕਦੇ ਅਤੇ ਨਾਲ ਹੀ ਪੁਲਿਸ ਨੂੰ ਡਾਰਾ ਕਿ ਜੇਕਰ ਪੰਜਾਬ ਪੁਲਿਸ ਐਫ ਆਈ ਆਰ ਦਰਜ ਕਰਨ ਦਾ ਫੈਸਲਾ ਕਰਦੀ ਹੈ ਤਾਂ ਹਰਿਆਣਾ ਪੁਲਿਸ ਵੀ ਕਾਰਵਾਈ ਕਰੇਗੀ ਪੰਜਾਬਗਾਂ ਨੂੰ ਅੱਜ ਮਿਲਣਗੀਆਂ 12 ਹੋਰ ਰੇਤ ਦੀਆਂ ਜਨਤਕ ਖੱਡਾਂ ਤੁਹਾਡਾ ਜ਼ਿਲ੍ਹਾ ਵੀ ਸ਼ਾਮਲ। ਸੁਭਾ ਬਾਸਨ ਨੂੰ ਬਾਅਦ ਵਿੱਚ ਦਰਾਂ ਤੇ ਰੇਤ ਮੁਹੱਈਆ ਕਰਵਾਉਣਾ ਯਕੀਨੀ ਬਣਾਉਣ ਦੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਵਿੱਚ 12 ਹੋਰ ਜਨਤਕ ਰੇਤਾਂ ਖੱਡਾਂ ਖੋਲਣ ਦਾ ਫੈਸਲਾ ਕੀਤਾ ਗਿਆ ਚੌਥੇ ਅਤੇ ਪੰਜਵੇਂ ਪੜਾਅ ਦੇ ਤਹਿਤ ਪੰਜਾਬ ਦੇ ਖਨਨ ਅਤੇ ਭੂ ਵਿਗਿਆਨ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ 28 ਫਰਵਰੀ ਨੂੰ ਪੰਜ ਜ਼ਿਲ੍ਹਿਆਂ ਰੋਇਪਾਰਾ ਐਸਬੀਐਸ ਨਗਰ ਅੰਮ੍ਰਿਤਸਰ ਮੋਗਾ ਅਤੇ ਜਲੰਧਰ ਵਿੱਚ 12 ਨਮੀਆਂ ਜਨਤਕ ਰੇਤਾ ਖੱਡਾਂ ਲੋਕਾਂ ਨੂੰ ਸਮਰਪਿਤ ਕਰਨਗੇ ਦੱਸਦੇ ਕਿ ਆਮ ਲੋਕਾਂ ਦੇ ਵੱਲੋਂ ਜਨਤਕ ਰੇਤਾ ਖੱਡਾਂ ਖੋਲਣ ਦੇ ਮਹਿੰਮ ਨੂੰ ਭਾਰਮਾ ਹੁੰਗਾਰਾ ਦਿੱਤਾ ਗਿਆ ਤੇ ਇਸ ਸਮੇਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕੁੱਲ 60 ਜਨਤਕ ਖੱਡਾਂ ਚੱਲ ਰਹੀਆਂ ਹਨ ਤੇ ਆਮ ਲੋਕਾਂ ਨੂੰ ਹੁਣ ਤੱਕ 5.5 ਰੁਪਏ ਪ੍ਰਤੀ ਕਿਊਬੈਕਾ ਫਟ ਦੇ ਹਿਸਾਬ ਦੇ ਨਾਲ ਲਗਭਗ 16 ਲੱਖ ਮੀਟਰ ਕ ਟਨ ਰੇਤ ਪ੍ਰਦਾਨ ਕੀਤੀ ਜਾ ਚੁੱਕਿਆ ਜੋ ਕਿ ਐਸਾ ਪਹਿਲ ਕਦਮ ਹੀ ਦੀ ਸ਼ਾਨਦਾਰ ਸਫਲਤਾ ਨੂੰ ਦਰਸਾਉਂਦੀ ਹੈ ਪੈਨਸ਼ਨ ਸਕੀਮ ਨੂੰ ਲੈ ਕੇ ਬੋਲੇ ਨਵਜੋਤ ਸਿੱਧੂ ਤਾਂ ਦੋਸਤੋ ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਪੰਜਾਬ ਸਰਕਾਰ ਨੂੰ ਕੇਰ ਦੇ ਹੋਏ ਨਜ਼ਰ ਆਏ ਹਨ ਸਿੱਧੂ ਨੇ ਪੈਨਸ਼ਨ ਸਕੀਮਾਂ ਸੰਬੰਧੀ ਸੀਐਮਾ ਭਗਵੰਤ ਮਾਨ ਨੂੰ ਕਿਰਿਆ ਉਹਨਾਂ ਨੇ ਕਹਿ ਕੇ ਕੈਬਨਟ ਦੇ ਵਿੱਚ ਪੈਨਸ਼ਨ ਸਕੀਮਾਂ ਪਾਸ ਹੋਣ ਦੇ ਬਾਅਦ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਜਾ ਰਿਹਾ ਸਦੋਂ ਨਾ ਟਵਿੱਟਰ ਐਕਸ 'ਤੇ ਲਿਖਿਆ ਹਿਮਾਚਲ ਸਰਕਾਰ ਨੇ ਪੁਰਾਣੀ ਪੈਨਸ਼ਨ ਸਕੀਮ ਦਾ ਵਾਅਦਾ ਕੀਤਾ ਤੇ ਨੋਟੀਫਿਕੇਸ਼ਨ ਜਾਰੀ ਕੀਤਾ ਸੱਚੀ ਨਕਲ ਦੀ ਤਰ੍ਹਾਂ ਤੁਸੀਂ ਗੁਜਰਾਤ ਤੇ ਹਿਮਾਚਲ ਚੋਣਾਂ ਤੋਂ ਪਹਿਲਾਂ ਵੋਟਾਂ ਲੈਣ ਦੇ ਲਈ ਇਸ ਨੂੰ ਕੈਬਨਟ ਵਿੱਚ ਆਪਾਸ ਕੀਤਾ ਤੇ ਨੋਟੀਫਿਕੇਸ਼ਨ ਜਾਰੀ ਕਰਨ ਦੇ ਵਿੱਚ ਅਸਫਲ ਰਹੇ ਖਾਲੀ ਖਜ਼ਾਨਿਆਂ ਤੇ ਮਾੜੇ ਪ੍ਰਬੰਧਾਂ ਦੀ ਹਫੜਾ ਦਫੜੀ ਨੇ ਭੰਬਲ ਪੂਸੇ ਦੀ ਸਥਿਤੀ ਪੈਦਾ ਕਰ ਦਿੱਤੀ ਅੱਜ ਤੱਕ ਦਾ ਸਭ ਤੋਂ ਕਮਜ਼ੋਰ ਮੁੱਖ ਮੰਤਰੀ ਅਕਾਲੀ ਪਾਇਪਾ ਦੀ ਸਿਆਸੀ ਜੱਫੀ ਨੂੰ ਅਡੀਆਂ ਚੁੱਕ ਅਡੇਕਣ ਲੱਗੀਆਂ ਵਿਰੋਧੀ ਧਿਰਾਂ ਤਾਂ ਦੋਸਤੋ ਕੀ ਪੰਜਾਬ ਦੇ ਚੋਣ ਮદાન ਦੇ ਵਿੱਚ ਉਤਾਰਨ ਦੇ ਲਈ ਉਮੀਦਵਾਰਾਂ ਦੀ ਸੂਚਿਨ ਅੰਤਮ ਰੂਪ ਦਿਨ ਦੇ ਲਈ ਬੱਕ ਬੱਕ ਸਿਆਸੀ ਪਾਰਟੀਆਂ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਿੱਚ ਕਾਰ ਹੋਣ ਵਾਲੇ ਸੰਭਾਵੀ ਗੱਠ ਜੋੜ ਦੇ ਅਡੇਕ ਕਰਨ ਅਹਿਮ ਸਿਆਸੀ ਹਲਕਿਆਂ ਤੇ ਮੈਰਨ ਦਾ ਇਹ ਮੰਨਣਾ ਕਿ ਸਿਰਫ ਕਾਂਗਰਸ ਅਤੇ ਆਮ ਆਦਮੀ ਪਾਰਟੀ ਨਹੀਂ ਬਲਕਿ ਖੁਦ ਅਕਾਲੀ ਦਲ ਅਤੇ ਬੀਜੇਪੀ ਦੀ ਲੀਡਰਸ਼ਿਪ ਨੂੰ ਵੀ ਇਸ ਮਾਮਲੇ ਦਾ ਇੱਕ ਪਾਸਾ ਹੁਣ ਉਡੀਕਣ ਲੱਗੇ ਹਨ ਅਹਿਮ ਸਿਆਸੀ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਸਿਆਸੀ ਪਾਰਟੀਆਂ ਨੇ ਪੈਮਾਨਾ ਬਣਾ ਕੇ ਚੋਣ ਮੰਦਾਨ ਦੇ ਵਿੱਚ ਚੱਲ ਆਂਦਾ ਗਿਆ ਉਮੀਦਵਾਰ ਜਿੱਤ ਸਕਣ ਦੀ ਸਮਰੱਥਾ ਰੱਖਦਾ ਹੋਵੇ ਅਜਿਹੇ ਹਾਲਾਤਾਂ ਦੇ ਦਰਮਿਆਨ ਅਕਾਲੀਆ ਤੇ ਭਾਜਪਾ ਇਕੱਠਿਆ ਹੋਣਗੇ ਜਾਂ ਨਹੀਂ ਵਾਲੇ ਫਾਰਮੂਲੇ ਨੂੰ ਧਿਆਨ ਵਿੱਚ ਰੱਖਿਆ ਜਾ ਰਿਹਾ ਹੈ ਅਗਲੀ ਖਬਰ ਹੈ ਸਰਕਾਰੀ ਮਲਾਈਮਦਲੇ ਮਾਰਚ ਦਾ ਮਹੀਨਾ ਆ ਸਕਦਾ ਵੱਡੀ ਖੁਸ਼ਖਬਰੀ ਡੀਏ ਦੇ ਵਿੱਚ ਹੋਵੇਗਾ ਵਾਧਾ ਵਧ ਜাবেਗੀ ਮਲਾਜਮਾਂ ਦੀ ਤਨਖਾਹ ਤਾਂ دوستੋ ਕੇਂਦਰ ਸਰਕਾਰ ਜਲਦੀ ਸਰਕਾਰੀ ਮਲਾਇਮਾਂ ਨੂੰ ਖੁਸ਼ਖਬਰੀ ਦੇ ਸਕਦੇ ਆ ਦਰਅਸਲ ਸਰਕਾਰ ਕੇਂਦਰੀ ਮਲਾਇਮਾਂ ਦੇ ਡੀਏ ਤੇ ਡੀਆਰ ਵਧਾ ਸਕਦੇ ਆ ਕਈ ਰਿਪੋਰਟਾਂ ਦੇ ਮੁਤਾਬਕ ਸਰਕਾਰ ਡੀਐਮ ਨੂੰ 4% ਤੱਕ ਵਧਾ ਸਕਦੇ ਆ ਡੀਏ ਦਾ ਅਰਥ ਹੈ ਮਹਿੰਗਾਈ ਭੱਤਾ ਜੋ ਕਿ ਸਰਕਾਰ ਮਲਾਇਮਾਂ ਨੂੰ ਦਿੰਦੀ ਆ ਜਦਕਿ ਡੀਆਰ ਮਹਿੰਗਾਈ ਰਾਹਤ ਪੈਨਸ਼ਨਰਾਂ ਨੂੰ ਦਿੱਤੇ ਜਾਂਦੇ ਆ ਭਾਰਤ ਵਿੱਚ 48.67 ਲੱਖ ਕੇਂਦਰੀ ਮੁਲਾਜ਼ਮਾਂ ਤੇ 67.95 ਲੱਖ ਪੈਨਸ਼ਨਰਾਂ ਤੇ ਸਰਕਾਰ ਸਾਲ ਦੇ ਵਿੱਚ ਦੋ ਵਾਰ ਡੀਏ ਵਧਾ ਸਕਦੀ ਹੈ ਅਕਤੂਬਰ 2023 ਦੇ ਵਿੱਚ ਸਰਕਾਰ ਨੇ ਕੇਂਦਰੀ ਮੁਲਾਜ਼ਮਾਂ ਦੇ ਡੀਆ ਦੇ ਵਿੱਚ 4% ਦਾ ਵਾਧਾ ਕਰਨ ਦਾ ਫੈਸਲਾ ਕੀਤਾ ਸੀ ਤੁਹਾਨੂੰ ਦੱਸ ਦਿਆ ਕਿ ਸਰਕਾਰ ਨੇ ਅਧਿయోగਿਕ ਮੁਲਾਜ਼ਮਾਂ ਦੇ ਲਈ ਖੱਪਤਕਰ ਮੁੱਲ ਸੂਚਕ ਅੰਕਾਂ ਦੇ ਆਧਾਰ ਤੇ ਡੀਏ ਵਧਾਉਣ ਦਾ ਫੈਸਲਾ ਲਿਆ ਹੈ ਜੇਕਰ ਇਸ ਵਾਰ ਵੀ ਮਲਾਇਮੰਦ ਡੀਅਰ ਬੈਚ 4% ਦਾ ਵਾਧਾ ਹੁੰਦਾ ਹੈ ਤਾਂ ਮਲਾਇਮਾਂ ਦੀ ਮੁੱਢਲੀ ਤਨਖਾਹ 50% ਤੱਕ ਪਹੁੰਚ ਜਾਵੇਗੀ। ਕੋਟਕਪੂਰਾ ਗੋਲੀकांड ਸੁਖਬੀਰ ਨੇ ਸਿਆਸੀ ਲਾਹਾ ਲੈਣ ਦੇ ਲਈ ਸਾਜ਼ਿਸ਼ ਰਚੀ ਜਾਂਚ ਟੀਮ। ਕੋਟਕਪੂਰਾ ਗੋਲੀकांड ਮਾਨਰ ਬੈਚਾ ਵਿਸ਼ੇਸ਼ ਟੀਮ ਨੇ ਅੱਜ ਦੋ ਹੋਰ ਚਲਾਨਾ ਇਲਾਕਾ ਮੈਜਿਸਟ੍ਰੇਟ ਅਜੀਪਾਲ ਸਿੰਘ ਦੇ ਅਦਾਲਤ ਵਿੱਚ ਪੇਸ਼ ਕਰਕੇ ਦਾਵਾ ਕੀਤਾ ਕਿ ਕੋਟਕਪੂਰਾ ਗੋਲੀकांड ਦੇ ਸਾਜ਼ਿਸ਼ ਸਾਕਾ ਗ੍ਰਾਮ ਮੰਤਰੀ ਸੁਖਬੀਰਾ ਸਿੰਘ ਬਾਦਲ ਅਤੇ ਪੁਲਿਸ ਅਧਿਕਾਰੀ ਸੁਮੇਧਾ ਸਿੰਘ ਸੈਣੀ ਨੇ ਰਚੀ ਸੀ ਜਾਂਚ ਟੀਮ ਦੇ ਤਿੰਨ ਮੈਂਬਰਾਂ ਦੇ ਦਸਤਕਤਾਂ ਹੇਠ ਤਿਆਰ ਕੀਤੀ ਪੜਤਾਲ ਰਿਪੋਰਟ ਅੱਜ ਅਦਾਲਤ ਵਿੱਚ ਪੇਸ਼ ਕੀਤੀ ਗਈ ਜਿਸ ਵਿੱਚ ਕਿਹਾ ਗਿਆ ਕਿ ਸੁਖਬੀਰ ਬਾਦਲ ਅਤੇ ਸੁਮੇਧਾ ਸੈਣੀ ਨੇ ਡੇਰਾ ਪ੍ਰੇਮਗਾਂ ਨੂੰ ਖੋਸ਼ ਕਰਨ ਅਤੇ ਚੋਣਾਂ ਵਿੱਚ ਉਹਨਾਂ ਦੀਆਂ ਵੋਟਾਂ ਹਾਸਲ ਕਰਨ ਦੇ ਮਕਸਦ ਦੇ ਨਾਲ ਕੋਟਕਪੁਰਾ ਗੋਲੀਕਾਂਡ ਦੀ ਸਾਜ਼ਿਸ਼ ਰਚੀ ਸੀ ਵੰਟੀ ਬੈਂਸ ਤੋਂ ਫਰौती ਮੰਗਣ ਵਾਲੇ ਨੇ ਰੈਸਟੋਰੈਂਟ ਤੇ ਚਲਾਈਆਂ ਗੋਲੀਆਂ ਪੰਜਾਬੀ ਸੰਗੀਤਕ ਇੰਡਸਟਰੀ ਦੇ ਮਸ਼ਹੂਰ ਸੰਗੀਤਕਾਰ ਅਤੇ ਨਿਰਮਾਤਾ ਵੰਟੀ ਬੈਂਸ ਤੇ ਹੋਏ ਹਮਲੇ ਤੋਂ ਬਾਅਦ ਹੁਣ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ ਵੰਟੀ ਬੈਂਸ ਪੰਜਾਬੀ ਸੰਗੀਤਕ ਇੰਡਸਟਰੀ ਦਾ ਜਾਨਿਆ ਪਛਾਣਿਆ ਨਾਂ ਜੋ ਕਿ ਸਿੱਧੂ ਮੂਸੇਵਾਲਾ ਦੇ ਗੀਤਾਂ ਨੂੰ ਕੰਪੋਜ਼ ਅਤੇ ਪ੍ਰੋਡਿਊਸ ਕਰਦਾ ਰਿਹਾ ਉਹ ਸਿੱਧੂ ਮੂਸੇਵਾਲਾ ਦਾ ਮੈਨੇਜਰ ਵੀ ਸੇਫ ਹਾਲ ਪੁਲਿਸ ਨੇ ਸ਼ਿਕਾਇਤ ਮਿਲਣ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪੁਲਿਸ ਦੇ ਮੁਤਾਬਕ ਸੋਮਬਾਰ ਸ਼ਾਮ ਸਮੇਂ ਹਾਲੀ ਦੇ ਸੈਕਟਰ 79 ਵਿੱਚ ਗੋਲੀਬਾਰੀ ਹੋਈ ਸੀ ਅਤੇ ਉਸ ਸਮੇਂ ਬੰਟੀ ਬੈਂਸ ਇਥੋਂ ਦੇ ਇੱਕ ਰੈਸਟੋਰੈਂਟ ਦੇ ਵਿੱਚ ਮੌਜੂਦ ਸੀ ਗੋਲੀਬਾਰੀ ਤੋਂ ਪਹਿਲਾਂ ਉਹ ਆਪਣੇ ਸੋਸ਼ਲ ਮੀਡੀਆ ਖਾਤਿਆਂ ਤੇ ਲਾਈਵ ਹੋਇਆ ਸੀ ਅਤੇ ਕੁਝ ਮਿੰਟਾਂ ਬਾਅਦ ਉਹ ਉਥੋਂ ਚਲਾ ਗਿਆ ਸੀ ਇਸ ਤੋਂ ਬਾਅਦ ਕਾਝ ਲੋਕਾਂ ਨੇ ਰੈਸਟੋਰੈਂਟ ਦੇ ਵਿੱਚ ਆ ਗੋਲੀਆਂ ਚਲਾ ਦਿੱਤੀਆਂ ਇਸ ਘਟਨਾ ਨੂੰ 24 ਘੰਟਿਆਂ ਦਾ ਸਮਾਂ ਵੀ ਨਹੀਂ ਹੋਇਆ ਸੀ ਕਿ ਬੰਟੀ ਬੈਂਸ ਨੂੰ ਪੂਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਫੋਨ ਤੇ ਧਮਕੀਆਂ ਦੇਣ ਵਾਲਾ ਵਿਅਕਤੀ ਜਿਸ ਆ ਵਿਅਕਤੀ ਦੇ ਨਾਂ ਤੇ ਵੰਟੀ ਬੈਂਸ ਤੋਂ ਜਾਣ ਬਖਸ਼ਣ ਬਦਲੇ 1 ਕਰੋੜ ਰੁਪਏ ਦੇ ਫਰੋਤੇ ਮੰਗ ਰਿਹਾ ਤੇ ਉਹ ਏ ਸ਼੍ਰੇਣੀ ਦੇ ਗੈਂਟਰ ਲੱਕੀ ਪਟੇਲ ਦਾ ਨਾਂ ਲੈ ਰਿਹਾ ਹੈ ਕਿਸਾਨ ਆਪਣੀਆਂ ਮੰਗਾਂ ਦੇ ਲਈ ਦਿੱਲੀ ਨਹੀਂ ਜਾਣਗੇ ਤਾਂ ਹੋਰ ਕਿੱਥੇ ਜਾਣਗੇ ਅੰਦੋਲਨ ਤੇ ਸੀਐਮ ਮਾਨ ਦਾ ਵੱਡਾ ਬਿਆਨ ਕਿਸਾਨੀ ਅੰਦੋਲਨ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਮੁੱਖ ਮੰਤਰੀ ਮਾਨ ਕਹਿ ਕੇ ਦਿੱਲੀ ਦੇਖਦੇ ਰਾਜਧਾਨੀਆਂ ਜਾ ਕੇ ਦੇਖਦੇ ਸਰਕਾਰ ਦਿੱਲੀ ਤੋਂ ਚੱਲਦੀ ਆ ਤਾਂ ਕਿਸਾਨ ਆਪਣੀਆਂ ਮੰਗਾ ਦੇਲੇ ਦਿੱਲੀ ਨਹੀਂ ਜਾਣਗੇ ਤਾਂ ਹੋਰ ਕਿਤੇ ਜਾਣਗੇ ਉਹਨਾਂ ਹਰਿਆਣਾ ਦੇ ਬਾਰਡਰਾਂ ਤੇ ਬੈਰੀਕੇਡਾ ਲਗਾ ਕੇ ਰੋਕ ਲਿਆ ਗਿਆ ਦੱਸਦੇ ਕਿ ਜਦੋਂ ਕਿ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਜਦੋਂ ਸਵਾਲ ਪੁੱਛਿਆ ਗਿਆ ਕਿ ਪੰਜਾਬ ਦਾ ਕਿਸਾਨ ਦਿੱਲੀ ਹੀ ਕਿਉਂ ਜਾਣਾ ਚਾਹੁੰਦਾ ਤਾਂ ਦੇ ਜਵਾਬ ਦੇ ਵਿੱਚ ਸੀਮਾਨਕ ਕਿ ਦੇਖਦੇ ਸਰਕਾਰ ਦਿੱਲੀ ਤੋਂ ਚੱਲਦੀ ਆ ਤਾਂ ਉਹ ਦਿੱਲੀ ਕਿਉਂ ਨਾ ਆਉਣ ਉਨ੍ਹਾਂ ਦਾ ਹੱਕ ਬੰਦ ਹੈ ਕਿ ਉਹ ਆਪਣੀਆਂ ਹੱਕੀ ਮੰਗਾਂ ਦੇ ਲਈ ਦਿੱਲੀ ਸਰਕਾਰ ਦੇ ਨਾਲ ਗੱਲ ਕਰਨ ਜੀ ਉਹ ਦਿੱਲੀ ਨਾ ਜਾਣ ਤਾਂ ਕਿੱਥੇ ਜਾਣ ਉਹਨਾਂ ਨੂੰ ਹਰਿਆਣਾ ਦੇ ਉੱਤੇ ਬੈਰੀਕੇਡ ਲਗਾ ਕੇ ਰੋਕ ਦਿੱਤਾ ਗਿਆ ਕਿਉਂਕਿ ਸ਼ਮੂਤ ਦੇ ਕਨੌਰੀ ਬਾਰਡਰ ਤੇ ਪਰ ਦਰਸ਼ਨਕਾਰ ਹਾਂ ਤੇ ਦਿੱਲੀ ਕੂਚ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਡਾ ਫੈਸਲਾ ਲੈ ਸਕਦੀਆਂ ਹਨ